ਟਾਕੀ ਬੰਦ ਲਾਈ ਸਾਹਮਣੇ ਬਾਈ ਆ ਦੇਖੋ ਆਪਾਂ ਤਾਂ ਘੇਰ ਲਿਆ ਜਮਾਂ ਮੂਰੇ ਵੀ ਹੈ ਚਾਰ ਪੰਜ ਨੇ ਟਾਕੀ ਖੁੱਲੀ ਆਪਣੀ ਆ ਪਿੱਛੇ ਦੇਖ ਲਓ ਬਾਈ ਸਾਰੇ ਰਾਹ ਬੰਦ ਨੇ ਮੈਂ ਕਿਵੇਂ ਆ ਜਾ ਬਾਈ ਗੁਰੂ ਘਰ ਜਾਣ ਰੋਕਿਆ ਤਾਂ ਇਹਨਾਂ ਦੀ ਡਿਊਟੀ ਹੈ ਵਿਚਾਰਿਆਂ ਇਹਨਾਂ ਦਾ ਕਸੂਰ ਕੋਈ ਨਹੀਂ ਗੁਰੂ ਘਰ ਰਾਸੋਂ ਰੋਕਿਆ ਜਾ ਰਿਹਾ ਭਾਈ ਵੀ ਰਾਸ ਨਹੀਂ ਜਾਣਾ ਇਹ ਤਾਂ ਆਪਦੇ ਮੁਲਾਜ਼ਮ ਨੇ ਸਾਡੇ ਸ਼ਹਿਰ ਦੇ ਇਹਨਾਂ ਦਾ ਉੱਪਰ ਹੁਕਮ ਹੈ ਹੈਨਾ ਇਹਨਾਂ ਦਾ ਹੁਕਮ ਹੈ ਇਹ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਜਾਣ ਦਿੰਦੇ ਭਾਈ ਤੁਹਾਨੂੰ ਰਾਸਤੇ ਸਾਡੀ ਡਿਊਟੀ ਹੈ ਚਲੋ ਆਪਾਂ ਹੁਣ ਕੀ ਕਰ ਸਕਦੇ ਭਾਈ ਆਹ ਦੇਖ ਲਓ ਜੀ ਨਿਕਲਿਆ ਸੀ ਮੈਂ ਨਿਕਲ ਨਹੀਂ ਦਿੱਤਾ ਕਿਸੇ ਪਾਸੇ ਦੀ ਰਾਹ ਪਤਾ ਹੀ ਸੀ ਹੁਣ ਧੱਕਾ ਲਾ ਲਓ ਵਾਲਾ ਹਮਾਂ ਜੀ ਪੁਲਿਸ ਦਾ ਇਹ ਕੋਈ ਕਸੂਰ ਨਹੀਂ ਤੂੰ ਉੱਤਰ ਜਾ ਨਾਲ ਕੇ ਨਾ ਕੋਈ ਮਰਜ਼ੀ ਇਹਨੂੰ ਘਰੇ ਲੈ ਚੱਲ ਨਾ ਲੈ ਚੱਲ ਨਾ ਲੈ ਚੱਲ ਯਾਰ ਨਾ ਲੈ ਚੱਲ ਮੇਰੇ ਵਾਲਾ ਲਾ ਖੋਲੀ ਆਹ ਦੇਖੋ ਜੀ ਮੁਲਾਜ਼ਮ ਨੇ ਅਸੀਂ ਹੁਣ ਆਪਦੀ ਥਾਂ ਤੇ ਬਣਦੇ ਅੱਡੇ ਤੇ ਆਇਓ ਬਹਿ ਜਾ ਮੂਹਰੇ ਬਹਿ ਜਾ ਭਾਈ ਯਾਰ ਆਇਓ ਬਹਿ ਜਾ ਭਾਈ ਇੱਥੇ ਬਹਿ ਜਾ ਚਲੋ ਮੈਨੂੰ ਪਤਾ ਹੈ ਜੇ ਇੰਨੀ ਡਿਊਟੀ ਇਹ ਭਾਈ ਨਸ਼ੇ ਤੇ ਲਵਾ ਦੇਣੇ ਇਹਨਾਂ ਦੀ ਵਿਚਾਰਿਆਂ ਦੀ ਇਹ ਚੁੰਡੀ ਨਾ ਲੰਘਣ ਦੇਣਾ ਹੈ ਡਿਊਟੀ ਵਾਲੇ ਦੇ ਨਹੀਂ ਲਾਉਣ ਨਸ਼ੇ ਦੇ ਨੀ ਲਾਉਣ ਦਿੰਦੇ ਇਹਨਾਂ ਦਾ ਕਸੂਰ ਨੀ ਕੋਈ ਭਾਈ ਇਹਨਾਂ ਨੂੰ ਜੇ ਉੱਪਰੋਂ ਹੁਕਮ ਹੋ ਜਾਏ ਨਸ਼ਾ ਕੀ ਨਾ ਬੰਦ ਕਰਾ ਦੇਣਗੇ ਭਾਈ ਉੱਪਰੋਂ ਹੁਕਮ ਨਹੀਂ ਕਰਦੇ ਲੀਡਰ ਇਹ ਵੀ ਸਿੱਖੀ ਨੇ ਕਿ ਸਾਰ ਦੇ ਪੱਗਾਂ ਬੰਨੀਆਂ ਸਾਡੇ ਭਾਈ ਨੇ ਇਹਨਾਂ ਦਾ ਵੀ ਜੀ ਕਰਦਾ ਵੀ ਭਾਈ ਵਗ ਜਾਣ ਗੁਰੂ ਘਰ ਕਹਿ ਨਹੀਂ ਭਾਈ ਗੱਲ ਕਰ ਹੁਣ ਉਹਨਾਂ ਦਾ ਹੁਕਮ ਹੈ ਵਿਚਾਰਾਂ ਦਾ ਤਨਖਾਹ ਲੈਣੀ ਹੈ ਚਲੋ ਚਲੋ ਹਾਂਜੀ ਬਸ ਬੰਦ ਕਰ।